ਆਪਾਂ ਵੱਖ-ਵੱਖ ਲੋਕਾਂ ਤੋਂ ਸੁਣੀ ਹੈ ਕਿ ਕਪੂਰ ਨੂੰ ਜੇਬ ਵਿੱਚ ਰੱਖਣ ਦੇ ਨਾਲ ਤੁਸੀਂ ਮਾਲਾ-ਮਾਲ ਹੋ ਜਾਓਗੇ ਆਓ ਜਾਣਦੇ ਹਾਂ ਕਪੂਰ ਨੂੰ ਜੇਬ ਵਿੱਚ ਰੱਖਣ ਦੇ ਫਾਇਦੇ ਕਿਹਾ ਜਾਂਦਾ ਹੈ ਜੇਕਰ ਕਪੂਰ ਦਾ ਛੋਟਾ ਜਿਹਾ ਟੁਕੜਾ ਵੀ ਤੁਸੀਂ ਆਪਣੀ ਜੇਬ ਵਿੱਚ ਰੱਖਦੇ ਹੋ ਇਹ ਸਿਰਫ ਨਾ ਤਾਂ ਨਾਕਾਰਾਤਮਕ ਊਰਜਾ ਦੂਰ ਕਰਦਾ ਹੈ ਬਲਕਿ ਇਸ ਤੋਂ ਇਲਾਵਾ ਮਨੁੱਖ ਦੇ ਜੀਵਨ ਵਿੱਚ ਚੱਲਦੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰ ਦਿੰਦਾ ਹੈ ਆਓ ਜਾਣਦੇ ਹਾਂ ਕਪੂਰ ਦੇ ਫਾਇਦੇ ਸਭ ਤੋਂ ਪਹਿਲੀ ਗੱਲ ਇਹ ਕਿnde ਜੇਕਰ ਤੁਹਾਡਾ ਮਨ ਉਦਾਸ ਰਹਿੰਦਾ ਹੈ ਅਤੇ ਅਸ਼ਾਂਤ ਰਹਿੰਦਾ ਹੈ ਤੰਤੂ ਸੀ ਆਪਣੀ ਜੇਬ ਦੇ ਵਿੱਚ ਇੱਕ ਕਪੂਰ ਦਾ ਟੁਕੜਾ ਜ਼ਰੂਰ ਰੱਖੋ ਕਹਿੰਦੇ ਜੇਕਰ ਕਿਸੇ ਜ਼ਰੂਰੀ ਕੰਮ ਜਾ ਰਹੇ ਹੋ ਆਪਣੇ ਜੇਬਿਆਂ ਪਰਸ ਦੇ ਵਿੱਚ ਛੋਟਾ ਜਿਹਾ ਟੁਕੜਾ ਜ਼ਰੂਰ ਰੱਖੋ ਕਹਿੰਦੇ ਹਰ ਕੰਮ ਵਿੱਚ ਇਹ ਨਾਲ ਸਫਲਤਾ ਮਿਲਦੀ ਹੈ ਕਿਉਂਕਿ ਆਸ-ਪਾਸੇ ਦੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਇਹਦੇ ਨਾਲ ਕਹਿੰਦੇ ਹਮੇਸ਼ਾ ਕਪੂਰ ਦਾ ਟੁਕੜਾ ਜ਼ਰੂਰ ਰੱਖਣਾ ਚਾਹੀਦਾ ਹੈ ਇਹ ਮਨ ਨੂੰ ਸ਼ਾਂਤ ਕਰਦਾ ਹੈ ਤੇ ਸ਼ਾਂਤ ਮਨ ਹਮੇਸ਼ਾ ਚੰਗੇ ਫੈਸਲੇ ਲੈਂਦਾ ਅਗਲੀ ਗੱਲ ਕਹਿੰਦੇ ਇਹ ਆਰਥਿਕ ਸੰਕਟ ਦੂਰ ਕਰਦਾ ਹੈ ਜੇਕਰ ਤੁਹਾਡੀ ਜੋ ਸਥਿਤੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਵਾਡੋਲ ਹੋ ਚਾ ਰਹੀ ਹੈ ਤੁਹਾਡੇ ਕੋਲ ਪੈਸਾ ਨਹੀਂ ਟਿਕਦਾ ਤੇ ਕਹਿੰਦੇ ਤੁਸੀਂ ਆਪਣੀ ਜੇਬ ਵਿੱਚ ਛੋਟਾ ਜਿਹਾ ਟੁਕੜਾ ਜ਼ਰੂਰ ਰੱਖੋ ਕਿਉਂਕਿ ਇਹਨੂੰ ਮੰਨਿਆ ਜਾਂਦਾ ਹੈ ਵੀ ਆਰਥਿਕ ਸਥਿਤੀ ਦੂਰ ਕਰਦਾ ਹੈ ਤੇ ਪੈਸੇ ਤੁਹਾਡੇ ਕੋਲ ਰੁਕਣਾ ਸ਼ੁਰੂ ਹੋ ਜਾਂਦੇ ਨੇ ਇਹਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ ਹੈ ਵੱਡੇ ਬਡੇਰਿਆਂ ਨੇ ਬਣਾਇਆ ਸੀ ਵੀ ਮਨੋਖ ਦਾ ਮਨ ਸ਼ਾਂਤ ਰਹੇਗਾ ਅਤੇ ਕੰਮ ਵਾਲੇ ਪਾਸੇ ਜ਼ਿਆਦਾ ਲੱਗੇਗਾ ਅਗਲੀ ਗੱਲ ਕਹਿੰਦੇ ਜੇ ਘਰ ਵਿੱਚ ਲੜਾਈ ਝਗੜ ਰਿੰਦੀਆਂ ਖਾਸ ਕਰਕੇ ਪਤੀ ਪਤਨੀ ਵਿੱਚ ਤਣਾਅ ਰਹਿੰਦਾ ਹੈ ਤਾਂ ਕਹਿੰਦੇ ਛੋਟੀ ਛੋਟੀਆਂ ਲੜਾਈਆਂ ਹਰ ਸਮੇਂ ਚੱਲਦੀਆਂ ਰਹਿੰਦੀਆਂ ਨੇ ਤਾਂ ਕਮਰੇ ਦੇ ਵਿੱਚ ਕਪੂਰ ਦਾ ਟੁਕੜਾ ਜ਼ਰੂਰ ਰੱਖੋ ਐਵੇਂ ਕਰਨ ਦੇ ਨਾਲ ਆਪਸੀ ਮੇਲ-ਜੋਲ ਵੱਧਦਾ ਹੈ ਤੇ ਜਿਹਦੇ ਨਾਲ ਘਰ ਸ਼ਾਂਤੀ ਬਣੀ ਰਹਿੰਦੀ ਹੈ ਅਗਲੀ ਗੱਲ ਕਹਿੰਦੇ ਜੇ ਹਰ ਸਮੇਂ ਘਰ ਵਿੱਚ ਕਲਾਕਲੇਸ਼ ਰਹਿੰਦਾ ਹੈ ਤੇ ਸ਼ਾਮ ਨੂੰ ਕਪੂਰ ਦਾ ਟੁਕੜਾ ਆਪਣੇ ਘਰ ਜ਼ਰੂਰ ਜਗਾਓ ਇਹਦੇ ਨਾਲ ਘਰ ਦੀ ਸਾਰੀ ਨਾਕਾਰਾਤਮਕਤਾ ਸੋਖੀ ਜਾਂਦੀ ਹੈ ਤੇ ਘਰ ਪਿਆਰ ਦਾ ਮਾਹੌਲ ਬਣਿਆ ਰਹਿੰਦਾ ਹੈ